ਆਜੋ 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 ਵੀ ਇੱਥੇ ਰਹੋ ਤੁਸੀਂ ਦੇਖਿਆ ਬਾਲੇ ਵਾਲਾ ਭਾਈ ਆਇਆ ਔਰ ਬਾਈ ਬਾਲੇ ਲਾ ਗਿਆ ਇਹ ਟੋਟਲ ਬਾਈ 73 ਬਾਲੇ ਆ ਤੇ ਜੋ ਪਹਿਲਾਂ ਵਾਲੀ ਛੱਤ ਸੀ ਨਾ ਉਹ ਵੀ ਯਾਰ ਸਾਰੀ ਬਾਲਿਆਂ ਦੀ ਸੀ ਸਾਰੇ ਪਰਿੰਦੇ ਸਕੂਨ ਵਿੱਚ ਰਹਿੰਦੇ ਸੀ ਕਿਉਂਕਿ ਬਾਈ ਬਾਲਿਆਂ ਵਾਲੀ ਛੱਤ ਯਾਰ ਹਮੇਸ਼ਾ ਠੰਡੀ ਰਹਿੰਦੀ ਆ ਫਿਰ ਮੈਂ ਸੋਚਿਆ ਮੈਂ ਕਿਹਾ ਆਪਾਂ ਇਸ ਵਾਰ ਵੀ ਯਾਰ ਬਾਲਿਆਂ ਵਾਲੀ ਛੱਤ ਪਵਾ ਦਿੰਦੇ ਆ ਔਰ ਯਾਰ ਇਹ ਸਾਰੇ ਬਾਲੇ ਹੈ ਨਾ 4-4 ਫੁੱਟ ਦੇ ਆ ਤੇ ਜੋ ਪਹਿਲਾਂ ਵਾਲੇ ਬਾਲੇ ਸੀ ਨਾ ਸਾਰੇ ਯਾਰ ਬਾਲੇ 5-5 ਫੁੱਟ ਦੇ ਸੀ ਤੇ ਉਹਨਾਂ ਦੇ ਵਿੱਚ ਇਹ ਆ ਯਾਰ ਇੱਕ ਡਰ ਹੈ ਨਾ ਤੇ ਜਦੋਂ ਉਹਨਾਂ ਦੇ ਉੱਪਰ ਵੇਟ ਆਉਂਦਾ ਥੱਲੇ ਨੂੰ ਉਹਨਾਂ ਦਾ ਝੁਕਣ ਦਾ ਡਰ ਆ ਤੇ ਜੋ ਇਹ 4-4 ਫੁੱਟ ਦੇ ਬਾਲੇ ਆ ਮੈਨੂੰ ਉਮੀਦ ਆ ਵੀ ਬਿਲਕੁਲ ਵੀ ਨਹੀਂ ਝੁਕਣਗੇ ਔਰ ਇੱਕ ਹੋਰ ਹੈ ਨਾ ਇਹ ਬਾਈ ਛੱਤ ਨੂੰ ਨਾ ਪੂਰਾ ਮਜ਼ਬੂਤ ਬਣਾ ਕੇ ਰੱਖਣਗੇ ਤੁਸੀਂ ਦੇਖਿਓ ਯਾਰ ਇਹ ਬਾਲਿਆਂ ਦੀ ਖਾਤਰ ਨਾ ਇੱਕ ਆਪਾਂ ਨੂੰ ਨਵਾਂ ਗਾਡਰ ਲੈ ਕੇ ਆਉਣਾ ਪਿਆ ਕਿਉਂਕਿ ਜਦੋਂ ਬਾਲੇ ਯਾਰ ਛੋਟੇ ਹੋਏ ਫਿਰ ਇਸੇ ਕਰਕੇ ਗਾਡਰ ਫਿਰ ਲੈ ਕੇ ਆਂਦਾ ਗਾਡਰ ਨੂੰ ਵੀ ਰੰਗ ਕਰਾਂਗੇ ਔਰ ਬਾਈ ਬਾਲਿਆਂ ਨੂੰ ਵੀ ਕਰਾਂਗੇ ਜਦੋਂ ਫਿਰ ਇਦਾਂ ਆਪਾਂ ਉੱਪਰ ਨੂੰ ਦੇਖਾਂਗੇ ਨਾ ਫਿਰ ਬਾਈ ਆਪਾਂ ਨੂੰ ਨਾ ਸਾਰੇ ਯਾਰ ਬਾਲੇ ਔਰ ਨਾ ਗਾਡਰ ਬਹੁਤ ਪਿਆਰੇ ਲੱਗਣਗੇ ਆ ਲਓ ਵੀ ਤੁਹਾਡਾ ਪਾਣੀ ਆ ਗਿਆ 1 ਮਿੰਟ ਤੁਹਾਡੇ ਬਰਤਨਾਂ ਦੇ ਵਿੱਚ ਮੈਂ ਤੁਹਾਨੂੰ ਪਾ ਕੇ ਦਿੰਨਾ ਠੀਕ ਆ ਹੁਣ ਓਏ ਓ ਡੇਸੀ ਤੇਰਾ ਪਾਣੀ ਨਹੀਂ ਹੈਗਾ ਯਾਰ ਤੇਰਾ ਪਾਣੀ ਆ ਜਾ ਮੈਂ ਤੈਨੂੰ ਇੱਧਰ ਪਾ ਦਿੰਨਾ ਅਲੱਗ ਪਾ ਦਿੰਨਾ ਉਰੇ ਆ ਜਾ ਨਾਲ ਯਾਰ ਡੇਸੀ ਨੂੰ ਹੱਲੇ ਮੈਂ ਤਕਰੀਬਨ ਮੈਨੂੰ 10-15 ਮਿੰਟ ਹੋਇਆ ਪਾਣੀ ਹੁਣ ਪਾ ਕੇ ਹਟਿਆ ਪਾਣੀ ਨੂੰ ਖਰਾਬ ਹੀ ਬਹੁਤ ਕਰਦੀ ਆ ਜਾ ਓ ਯਾਰ ਇਹਦੇ ਬਰਤਨ ਨੂੰ ਕੀ ਹੋਇਆ ਮਿੱਟੀ ਦੇਖੋ ਕਿੰਨੀ ਆ ਯਾਰ ਇਹ ਡੇਸੀ ਲੈ ਇਹ ਸਾਰਾ ਪਾਣੀ ਯਾਰ ਆਪਾਂ ਡੇਸੀ ਨੂੰ ਪਾ ਦਿੰਨੇ ਆ ਕਿਉਂਕਿ ਇਹਨੇ ਸਾਰਾ ਪਾਣੀ ਤਾਂ ਖਰਾਬ ਕਰਤਾ ਡੇਸੀ ਸਾਈਡ ਤੇ ਤਾਂ ਹੋ ਜਾ ਯਾਰ ਹੁਣ ਛੱਡ ਤਾਂ ਦੇ ਇਹਨੂੰ ਓਏ ਯਾਰ ਤੇ ਹੁਣ ਯਾਰ ਇਹ ਪਾਣੀ ਮੈਂ ਪਾਉਣਾ 1 ਮਿੰਟ ਪਹਿਲਾਂ ਇਹਨਾਂ ਦਾ ਸਾਰਿਆਂ ਕਬੂਤਰਾਂ ਦਾ ਦਾਣਾ ਕੱਢ ਦਿੰਨੇ ਆ ਦਾਣਾ ਤਾਂ ਛੱਡ ਦੋ ਦਾਣਾ ਤਾਂ ਤੁਸੀਂ ਜਿੰਨਾ ਖਾਣਾ ਸੀ ਖਾ ਚੁੱਕੇ ਹੋ ਦੇ ਆਪਦਾ ਬਰਤਨ ਹੁਣ ਤੈਨੂੰ ਤੇਰੇ ਬਰਤਨ ਦੀ ਜ਼ਰੂਰਤ ਨਹੀਂ ਨਾ ਛੱਡ ਦੇ ਇਹਨੂੰ ਛੱਡ ਦੇ 1 ਮਿੰਟ ਗੇਟ ਮੈਨੂੰ ਨਾਲ ਦੀ ਨਾਲ ਯਾਰ ਬੰਦ ਕਰਨਾ ਆਉਂਦਾ ਇਹ ਬਾਹਰ ਵੀ ਆ ਜਾਂਦੀ ਆ ਦੇਖੋ ਯਾਰ ਗਾਡਰ ਕਿੰਨਾ ਲੰਬਾ ਗਾਡਰ ਆ ਪਤਾ ਹੈ 16 ਫੁੱਟ ਦਾ ਗਾਡਰ ਆ ਬਾਈ ਕਿਉਂਕਿ ਜੋ ਪਹਿਲਾਂ ਵਾਲੇ ਗਾਡਰ ਨੇ ਨਾ ਉਹ ਵੀ ਸਾਰੇ 16-16 ਫੁੱਟ ਦੇ ਆ ਦੇਖਿਓ ਦੇਖਿਓ ਮਿਸਤਰੀ ਨਹੀਂ ਆਇਆ ਯਾਰ ਆਹ ਦੇ ਆਹ ਦੇ ਆਹ ਦੇ ਆਹ ਦੇ 1 ਮਿੰਟ ਪੁੱਛਦੇ ਆ ਪੁੱਛਦੇ ਆ ਵਾਹ ਵੀ ਵਾਹ ਵਾਹ ਵੀ ਵਾਹ ਮਿਸਤਰੀ ਮੈਂ ਤੁਹਾਨੂੰ ਇਹ ਪੁੱਛਣਾ ਆ ਤੁਹਾਡਾ ਕੀ ਆਰਡਰ ਆ ਕੋਈ ਨਵਾਂ ਆਰਡਰ ਹੋਵੇ ਨਵਾਂ ਆਰਡਰ ਤਾਂ ਇਹੀ ਆ ਵੀਰ ਬਣ ਕੇ ਉਹ ਪਾਣੀ ਪੀ ਤਾ ਪਾਣੀ ਦਾ ਪਲਾ ਦਿੰਨੇ ਆ ਹੋਰ ਨਵਾਂ ਆਰਡਰ ਕੋਈ ਚੀਜ਼ ਮੰਗਵਾਉਣੇ ਵਾਲੀ ਹੋਵੇ ਲੜਦੇ ਨੇ ਕੋਈ ਨਾ ਇਹ ਲੜਦੇ ਆ ਤਾਂ ਸਾਰਾ ਦਿਨ ਇਦਾਂ ਹੀ ਕਰਦੇ ਰਹਿੰਦੇ ਆ ਕਹਿੰਦੇ ਮੁਰਗੇ ਲੜਦੇ ਇਹਨਾਂ ਦਾ ਕੰਮ ਇਹੀ ਆ ਲੜਨਾ ਤੇ ਅੱਜ ਯਾਰ ਮੈਂ ਤੁਹਾਨੂੰ ਦੱਸਦਾ ਮਿਸਤਰੀ ਨੇ ਆ ਦੇਖੋ ਤੇ ਇਹ ਕੰਮ ਕਰਿਆ ਔਰ ਬਈ ਇਹ ਕੰਮ ਕਰਿਆ ਤੇ ਜੋ ਬਾਲੇ ਹੁਣ ਕਦੋਂ ਪੈ ਜਾਣਗੇ ਕੱਲ ਨੂੰ ਤਾਂ ਨਹੀਂ ਪੈਣੇ ਬਈ ਨਹੀਂ ਕੱਲ ਨੂੰ ਬਾਲੇ ਨਹੀਂ ਪੈਣੇ ਕਿਉਂਕਿ ਰੰਗ ਕਰਨਾ ਨਾ ਆ ਗਾਡਰਾਂ ਨੂੰ ਵੀ ਰੰਗ ਕਰਨਾ ਤੇ ਮੈਨੂੰ ਕੱਲ ਦਾ ਦਿਨ ਦੇ ਦਿਓ ਮਿਸਤਰੀ ਦਾ ਕਹਿੰਦਾ ਵੀ ਜੋ ਵੀ ਬਾਲੇ ਆ ਨਾ ਸਾਰੇ ਕੱਲ ਨੂੰ ਪਾਉਣੇ ਆ ਕਿਉਂਕਿ ਯਾਰ ਹੁਣ ਬਾਲਿਆਂ ਨੂੰ ਰੰਗ ਤਾਂ ਕਰਨਾ ਜ਼ਰੂਰੀ ਹੈ ਨਾ ਗਾਡਰ ਵਧੀਆ ਰੰਗ ਕਰਦੀ ਵਧੀਆ ਬਣਦਾ ਹਾਂ ਕਿਉਂਕਿ ਫਿਰ ਇਹਨਾਂ ਦੀ ਯਾਰ ਮਨਿਆ ਥੋੜੀ ਜੀ ਹੋਰ ਹੋ ਜੂ ਨਾ ਹਾਂ ਚਲੋ ਇਹ ਵਧੀਆ ਹੋ ਗਿਆ ਤੇ ਮੈਂ ਤੁਹਾਨੂੰ ਕੰਮ ਜੋ ਮਿਸਤਰੀ ਦਾ ਬਾਈ ਅੱਜ ਤੱਕ ਕਰਿਆ ਹੋਇਆ ਇਹ ਕੰਮ ਮਿਸਤਰੀ ਦਾ ਬਾਈ ਫਾਸਟ ਚੱਲ ਰਿਹਾ ਤੇ ਆਪਾਂ ਸਲੋ ਚੱਲ ਰਹੇ ਹਾਂ ਬਾਈ ਆਪਾਂ ਚੱਲ ਥਲੇ ਵੈਰੀ ਗੁੱਡ ਹੁਣ ਯਾਰ ਇਹਦੇ ਵਿੱਚੋਂ ਮੈਂ ਪਾਣੀ ਕੱਢਣਾ ਤੁਸੀਂ ਇਹ ਦੇਖਿਓ ਨਾ ਸਾਰੇ ਪਰਿੰਦਿਆਂ ਨੇ ਮੈਨੂੰ ਪਾਣੀ ਵੀ ਨਹੀਂ ਕੱਢਣ ਦੇਣਾ ਦੇਖੋ ਆ ਗਿਆ ਨਾ ਮੇਰੇ ਕੋਲ ਦੇਖੋ ਓਏ ਓਏ ਹੋਏ 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 ਬਾਈ ਜਦੋਂ ਐਵੇਂ ਪਰਿੰਦੇ ਕੋਲ ਆਉਂਦੇ ਆ ਨਾ ਖੁਸ਼ੀ ਹੁੰਦੀ ਆ ਓਏ ਸਾਈਡ ਤੇ 1 ਮਿੰਟ ਮੈਂ ਪਾਉਣਾ ਯਾਰ 1 ਮਿੰਟ ਇੱਕ ਖੁਸ਼ੀ ਹੁੰਦੀ ਆ ਕਿਉਂਕਿ ਇਹਦਾ ਮਤਲਬ ਕੀ ਆ ਵੀ ਆਪਣੇ ਸਾਰੇ ਪਰਿੰਦੇ ਠੀਕ ਨੇ ਕਿਉਂਕਿ ਭੁੱਖ ਲੱਗਦੀ ਆ ਇਹਨਾਂ ਨੂੰ ਆ ਲਓ ਯਾਰ ਓਏ ਆ ਲਓ ਆ ਲਓ ਆ ਲਓ ਤੇ ਯਾਰ ਕੁਛ ਕੁ ਦਾਣਾ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਲਓ ਇੱਧਰ ਵੀ ਆ ਜਾਓ ਯਾਰ ਇੱਕ ਅੰਡਾ ਮੈਨੂੰ ਮਿਲ ਗਿਆ ਆ ਦੇਖੋ ਪਿਆ ਬਈ ਯਾਰ ਜਦੋਂ ਐਵੇਂ ਤੂੜੀਏ ਪਰਿੰਦੇ ਖਣਾਉਂਦੇ ਆ ਨਾ ਫਿਰ ਵੀ ਯਾਰ ਮੈਨੂੰ ਘਰ ਦੇ ਬਹੁਤ ਬੋਲਦੇ ਆ ਇੱਕ ਅੰਡਾ ਇਹ ਅੰਡਾ ਮੈਨੂੰ ਮਿਲਿਆ ਤਕਰੀਬਨ ਘੱਟ ਤੋਂ ਘੱਟ ਨਹੀਂ ਇਹ 7-8 ਦਿਨ ਬਾਅਦ ਬਾਕੀ ਅੰਡੇ ਕਿੱਥੇ ਆ ਵੀ ਤੁਹਾਡੇ ਇੱਕ ਅੰਡਾ ਯਾਰ 1 ਮਿੰਟ ਸਾਈਡ ਤੇ ਹੋਵੋ ਅੱਜ ਤੁਸੀਂ ਇਹ ਦੇਖਿਓ ਅੱਜ ਮੈਂ ਆਪਣੇ ਵੱਲੋਂ ਪੂਰੀ ਮਿਹਨਤ ਕਰੂੰਗਾ ਤੇ ਅੰਡੇ ਹਨਾ ਮੁਰਗੀਆਂ ਦੇ 1-2 ਤਾਂ ਪੱਕੇ ਲੱਭ ਕੇ ਹਟੂੰਗਾ ਉਹਨਾਂ ਟਾਈਮ ਨਹੀਂ ਹਟੂੰਗਾ ਜਿੰਨਾ ਟਾਈਮ ਮੈਨੂੰ ਕੋਈ ਵੀ ਅੰਡਾ ਨਹੀਂ ਮਿਲਦਾ ਯਾਰ ਇੱਥੇ ਵੀ ਨਹੀਂ ਕੋਈ ਅੰਡਾ ਲੋ ਓਏ ਹੋਏ ਮੈਨੂੰ ਲੱਗਦਾ ਮੈਂ ਤਾਂ ਕਹਿ ਕੇ ਪੰਗੇ ਹੀ ਲੈ ਲਿਆ ਯਾਰ ਇੱਥੇ ਕੋਈ ਅੰਡਾ ਹੀ ਨਹੀਂ ਹੈ ਐਵੇਂ ਕਰਦੇ ਹਾਂ ਇਹ ਅੰਡੇ ਨੂੰ ਆਪਾਂ ਰੱਖ ਦਿੰਦੇ ਹਾਂ 1 ਮਿੰਟ ਯਾਰ ਇਹਦੇ ਉੱਪਰ ਹੁਣ ਆਪਣੇ ਕੋਲ ਮੁਰਗੀਆਂ ਹੈਗੀਆਂ ਯਾਰ ਘੱਟ ਤੋਂ ਘੱਟ 6 ਜਾਂ 7 ਔਰ ਬਾਈ ਅੰਡੇ ਯਾਰ 6-7 ਦੇ ਵਿੱਚੋਂ ਰੋਜ਼ ਤਕਰੀਬਨ 3 ਮੁਰਗੀਆਂ ਤਾਂ ਦਿੰਦੀਆਂ ਹੋਣਗੀਆਂ ਮੈਨੂੰ ਅੰਡਾ ਯਾਰ ਕੋਈ ਵੀ ਨਹੀਂ ਮਿਲਦਾ ਤੇ ਹੁਣ ਆਪਾਂ ਅੰਡੇ ਇਸੇ ਕਰਕੇ ਮੈਂ ਲੱਭਦਾ ਤੁਸੀਂ ਓਏ ਮੈਂ ਤੁਹਾਨੂੰ ਕੁਛ ਨਹੀਂ ਕਹਿੰਦਾ ਤੁਸੀਂ ਆਪਦੀ ਖੁਰਾਕ ਖਾਈ ਜਾਓ ਤੁਸੀਂ ਨਾ ਰੌਲਾ ਪਾਓ ਖਾਈ ਜਾਓ ਖੁਰਾਕ 1 ਮਿੰਟ ਹੁਣ ਦੇਖਿਓ ਦੇਖਿਆ ਫਿਰ ਅੰਡੇ ਆਹ ਦੇਖੋ ਬਈ ਆਹ ਦੇਖੋ 2 ਅੰਡੇ ਔਰ ਬਈ 3 ਅੰਡੇ 3 ਹੋ ਗਏ 1 ਮਿੰਟ ਹੋਰ ਵੀ ਦੇਖਦਾ ਯਾਰ ਨਹੀਂ 3 ਨੇ ਯਾਰ ਆਹ ਆਦੇ 3 ਤੇ 2 5 ਅੰਡੇ ਇਹ ਨਹੀਂ ਯਾਰ ਇੱਥੇ 5 ਅੰਡੇ ਸੀ ਪਰ ਤੁਸੀਂ ਮੇਰੇ ਕੱਪੜਿਆਂ ਦਾ ਹਾਲ ਦੇਖੋ ਕੀ ਹੋ ਗਿਆ ਯਾਰ
कुछ पाने के लिए कुछ खोना तो पड़ता है ना, इसीलिए भाई मेरे कपड़े का जे हाल हो गया कपड़े का। एक मिनट यार, जदों मैं ये अज आंडे ना घर दे नूं दिखाऊंगा, घर दे ने मेरे ने खुश हो जाना, घर दे ने कहना शुक्र आ। यार आंडे का मैं लभ लिया, पर तुसी मेरा हाल देखो की हो गया, और भाई मेरे कपड़े का भी हाल देखो, एक गर्मी बहुत ज्यादा है यार। वो भी थोड़ा पानी चक्का यार, साइड दे जो, साइड दे जो, साइड दे जो, इधर बच्चे अंडा यार पानी दे बच्चे। भाई ये शायद मेनू लगता ना जो लकी कबूतरी है ओदा अंडा, क्योंकि तुसी भी मेनू कमेंट करते थे ना भी जो लकी कबूतरी अंडे देने वाली है, लकी कबूतरी ने एक अंडा देता पर दिता पानी च, हले तो यार आप लकी कबूतरी के अंडे के बच्चे नहीं कढ़वा सकते ना, तो हले तो यार आप इन्हों की सैटिंग बड़ी मुश्किल ना हुई हुई है, अंडिया के बच्चे कढ़वाण की तो गल बहुत दूर की है, इस करके यार ये अंडे मैं कर दिना वेस्ट यार, होर आप कुछ नहीं कर सकते। मैं तो यार ये पानी कढ़न लग्या सी क्योंकि जिन्ना कि इन्होंने पानी पीना से पी लिया, तो जो ये दाणा है ना छड मुर्गी दाणा छड, हाँ यही दाणा चक के मैं पहला इत्थे रखूँगा, और बई हुण मैं इहनू खोलूंगा तो यह दाना हूँ मैं इतने रख दूंगा, आ लो भी खा लो इतने मुर्गी, दो मिनट वेट कर फिर मैं तेन पानी दिना ठीक है। जर जो ये मुर्गी है ना, ये मुर्गी आप पिंजरे के कली क्यों कर, एक दिन आप कबूतर और बई कितने और देखो यार वह कबूतरी बैठी है, इन्हें दोनों का पेयर लाया से, फिर मैं उस तो बाद ना ये दोनों ये पिंजरे के बंद करते नाल यार मैं मुर्गी बंद करता, पर बई ये मुर्गी ना हर एक कबूतर से अटैक करती है, फिर यार मैं दोनों कबूतर फड़े और बई दोबारा इतने छड़ते, मैं क्या पेयर जो अपना उधर कबूतर के मुर्गियों का घर नवा बन गया ना तो पेयर प्यूर बारे आप फिर सोचा, हले आप पेयर रहन दें यार, जो ये पिंजरा ना पिंजरे का सिस्टम है तो औखा ही है, कित इन्हों पानी पाओ कित यार पानी ये क्डो बड़ा सिस्टम औखा, तुसी देखिया यार उधरों मैं जो भी अंडे लभे ना किन्नी सारे अंडे किन्नी मेहनत ना लभे सी, ते मैनू तो यह सीगा भी जदों मैं घर आऊंगा मैनू मेरे घर दे कहणगे भी वेरी गुड अज तू ना किन्ने दिनां बाद पांच छे अंडे कट्ठे लेके आया, पर मैनू घर दे पता की कहिंदे सारे आपदे कपड़े खराब करके आ गया, मैं क्या यार जो मर्जी कर लो कदे नहीं कहिंदे भी हाँ अज तू वधिया काम करिया, मेरी सारी मेहनत यार वह भी खराब हो गई, कोई फायदा नहीं है यार मेहनत मुहनत करन दा कोई फायदा नहीं बई। हाँ जी कबूतर देखने किने देखने है कबूतर, तू देखने की देखना कबूतर का, बच्चे घर आया कहते भी कबूतर देखने थो कबूतर देख मैं दिखा दूंगा, पर कबूतर देखने की 20 रुपये टिकट आ, टिकट लेके आयो तू लेके आया बी नहीं लेके आया, तू लेके आया नहीं लेके आया, फिर यार जो टिकट नहीं लेके आए फिर आप कबूतर का तो दिखाइए भी, पता किन्ने प्यारे प्यारे कबूतर दसो टिकट लेके आयो 20 रुपये, मजाक नहीं करता मैं सीरियस कहना नहीं लेके आया, फिर भाई तुसी कबूतर भी नहीं देख सकते। यार मैं चलिया सी उधर नू अचानक आ गया यार, देखो बच्चे किवें लगे थोनू कबूतर इधर मुंह करके दस, वधिया लगे देख ले होर देखने होर देख लो, चलो ठीक है फिर मैं जाना बाद विच गेट ला के ना आपदे आप चले जायो, कि जाना तुसी जाना आ जाओ, केड़ी कुत्ते वाली दवाई चाहिए तेनू, मैक्सी लांपिया नू दवाई आपां डॉक्टर दे कोल लैके जांदे सी, डॉक्टर डायरेक्ट दवाई दिंदा सी, डॉक्टर इंजेक्शन लाउंदा सी ठीक है, ते किने की हो गया तेरी कुत्ती नू, हलक जांदी आ ओ कुत्ता कदे भी हलकदा नहीं हुंदा, मेरे कोलों दवाई लैण आया बच्चे पता काहदी, कहिंदे साडा कुत्ता हलक गया, ऐ नहीं कुत्ता हलकदा हुंदा बई, अच्छा होर कोई थोड़ी डिमांड होवे कबूतर तां तुसीं देख ले बस, चलो ਇਹ ਵੀ ਸ਼ੁਕਰ ਅੱਜ ਬੱਚਿਆਂ ਦੀ ਵੀ ਆਪਾਂ ਡਿਮਾਂਡ ਪੂਰੀ ਕਰਤੀ, ਤੇ ਇਹ ਵੀਡੀਓ ਦਾ ਯਾਰ ਆਪਾਂ ਇੱਥੇ ਐਂਡ ਕਰ ਦਿੰਦੇ ਹਾਂ ਕਿਉਂਕਿ ਯਾਰ ਹੁਣ ਮੈਂ ਉਧਰੋਂ ਪਰਿੰਦੇ ਇੱਧਰ ਲੈ ਕੇ ਆਉਣੇ ਆ, ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਯਾਰ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾ ਕਰੇ ਤੇ ਯਾਰ ਤੁਸੀਂ ਆਪਣੀ ਵੀਡੀਓ ਨੂੰ ਦੇਖ ਸਕੋ, ਓਕੇ ਬਾਏ ਯਾਰ। ओह बेट बहुत है यार इन्हों का।